ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ। ਇਸ ਮੌਕੇ ਹਰ ਦਿਨ ਹੁਕਮਰਾਨਾਂ ਤੇ ਵਿਰੋਧੀ ਧਿਰ ਵਿਚਾਲੇ ਮਾਹੌਲ ਤਲਖ ਹੋ ਜਾਂਦਾ ਹੈ। ਬੀਤੇ ਦਿਨ ਅਸੀਂ ਦੇਖਿਆ ਕਿ ਸੀਐਮ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਕਾਫੀ ਤਲਖੀ ਹੋਈ ਸੀ। ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਸਦਨ ਦੇ ਵਿੱਚ ਬੋਲਣ ਲਈ ਢੁਕਵਾਂ ਸਮਾਂ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ ਹੁਣ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਲੋਕਾਂ ਦੇ ਸਵਾਲ ਅਤੇ ਮਸਲੇ ਨੂੰ ਸੁਣਨ ਦਾ ਮਾਦਾ ਰੱਖੋ। ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਸਵਾਲ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਰੱਖਣ ਵਾਲਿਆਂ ਦੀ ਸ਼ਰਤਾਂ ਇੰਨੀਆਂ ਲਾ ਦਿਓ ਤੇ ਚੁੱਪ ਕਰਵਾ ਦਿਓ। ਜਿਸ ਤੋਂ ਬਾਅਦ ਸਪੀਕਰ ਸਾਹਿਬ ਕਹਿੰਦੇ ਨੇ ਜੇਕਰ ਤੁਹਾਨੂੰ ਕਹਾਣੀਆਂ ਪੜ੍ਹਨੀਆਂ ਨੇ ਤਾਂ ਫਿਰ ਦੋ ਦੋ ਘੰਟੇ ਲਾ ਦਿਓ। ਪ੍ਰਗਟ ਸਿੰਘ ਜੀ, 2 ਮਿੰਟ ਦਾ ਸਮਾਂ ਹਰੇਕ ਮੈਂਬਰ, ਕਿਉਂਕਿ ਵੱਧ ਤੋਂ ਵੱਧ ਮੈਂਬਰ ਨੂੰ ਆਪਾਂ ਜੀਰੋ ਆਊਟ 'ਚ ਲੈ ਲਈਏ, ਔਰ 2 ਮਿੰਟ ਮੈਨੂੰ ਲੱਗਦਾ ਵੀ ਆਪਣੀ ਗੱਲ ਪੂਰੀ ਕਰ ਲੈਂਦੇ ਹੁੰਦੇ ਹਾਂ। ਇੱਕ ਮਿੰਟ ਮੇਰੀ ਗੱਲ ਪੂਰੀ ਹੋ ਜਾਂਦੀ, ਔਰ ਜਿਹੜਾ ਮੈਂਬਰ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸਮੇਂ 'ਚ ਆਪਣੀ ਗੱਲ ਪੂਰੀ ਕਰੇਗਾ ਉਹਨੂੰ ਅਖੀਰ 'ਚ 3 ਮਿੰਟ ਦਿੱਤੇ ਜਾਣਗੇ। ਜੀ ਮਤਲਬ ਕੰਡੀਸ਼ਨਾਂ ਇੰਨੀਆਂ ਕੁ ਲਾ ਦਿਓ ਵੀ ਕੋਈ ਬੋਲਣ ਜੋਗਾ ਨਾ ਰਹੇ। ਫਿਰ ਤੁਸੀਂ ਜੇ ਤਾਂ ਕਹਾਣੀਆਂ ਪੜ੍ਹਨੀਆਂ ਜੀ, ਫਿਰ 2-2 ਘੰਟੇ ਲਾ ਲਓ। ਸਪੀਕਰ, ਜੇ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ, ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਵਿੱਚ ਬੰਦਾ ਪੇਸ਼ ਕਰਦਾ, ਇੱਥੇ ਜੇ ਕਹਾਣੀਆਂ ਪੜ੍ਹਨੀਆਂ ਫਿਰ ਵੱਖਰੀ ਗੱਲ ਆ। ਆਓ ਕਰੋ, ਸੁਣਾਓ ਕਹਾਣੀ, ਸੁਣਾਓ। ਸਪੀਕਰ ਸਾਹਿਬ, ਕਹਾਣੀ ਦੀ ਗੱਲ ਨਹੀਂ ਹੈ, ਬੈਠੋ। ਬਿਲਕੁਲ ਜੀ, ਬਿਲਕੁਲ ਠੀਕ, ਬੈਠੋ ਜੀ, ਸੁਣਾਓ ਜੀ, ਸੁਣਾਓ ਪਲੀਜ਼, ਦੱਸੋ। ਸਪੀਕਰ ਸਾਹਿਬ, ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ, 11 ਹੁਣ ਲਾਏ ਆ। ਇਹ 0 ਆਵਰ ਦਾ ਇਸ਼ੂ ਆ? ਇਸ਼ੂ ਨਹੀਂ ਹੈ, ਇਸ਼ੂ ਇਸ ਕਰਕੇ ਆ, ਇਹ ਲੋਕਾਂ ਦਾ ਇਸ਼ੂ ਆ, ਤੁਹਾਨੂੰ ਤਕਲੀਫ ਦੇ ਬਹੁਤ ਆ ਇਹ, ਇਸ ਕਰਕੇ ਤੁਸੀਂ ਨੋਟ ਏ ਸਿੰਗਲ, ਮੇਰਾ ਕੁਐਸਚਨ ਇੱਕ ਸਿੰਗਲ ਕੁਐਸਚਨ ਨਹੀਂ ਲਾਇਆ। ਔਰ ਇੱਕ ਸੀਰੀਅਸ ਇਸ਼ੂ ਹੈ ਕਿ ਰਸ਼ੀਆ ਦੇ ਵਿੱਚ ਜਿਹੜੇ ਪੰਜਾਬੀ 5 ਜਾਂ ਉਹ ਘੁੰਮਣ ਗਏ ਸੀ ਜਾਂ ਅਦਰਵਾਈਜ਼ ਗਏ ਸੀ, ਰਸ਼ੀਆ ਦੀ ਜਿਹੜੀ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਕੇ ਅਤੇ ਯੂਕਰੇਨ ਵਾਲੀ ਲੜਾਈ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ। ਇਹਦੀ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਤਾਂ ਕਿ ਇਹਨਾਂ ਨੂੰ ਦੁਬਾਰਾ ਇੱਥੇ ਵਾਪਸ ਲਿਆਂਦਾ ਜਾਵੇ, ਕਿਉਂਕਿ ਨਾ ਉਹਨਾਂ ਦੇ ਘਰਦਿਆਂ ਨੂੰ ਕੁਛ ਉਹਨਾਂ ਬਾਰੇ ਪਤਾ ਅਤੇ ਨਾ ਉਹ ਕਿਸੇ ਪਾਸੇ ਵੀ ਕਮਿਊਨੀਕੇਟ ਕਰ ਰਹੇ ਹੈਗੇ ਆ। ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨੂੰ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਅਤੇ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ। ਥੈਂਕ ਯੂ। ਸਪੀਕਰ ਵੱਲੋਂ ਕਿਹਾ ਗਿਆ ਕਿ ਵੱਧ ਤੋਂ ਵੱਧ 2 ਮਿੰਟ ਦਾ ਸਮਾਂ ਹੈ। ਇਸ ਮੌਕੇ ਪ੍ਰਗਟ ਸਿੰਘ ਨੇ ਸ਼ਰਤਾਂ ਹੀ ਇੰਨੀਆਂ ਜ਼ਿਆਦਾ ਲਾ ਦਿਓ ਕਿ ਬੋਲਣ ਜੋਗਾ ਨਾ ਰਹੇ, ਜਿਹਦੇ ਜਵਾਬ ਦੇ ਵਿੱਚ ਸਪੀਕਰ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਹਾਣੀਆਂ ਪੜ੍ਹਨੀਆਂ ਨੇ ਤਾਂ ਫਿਰ 2-2 ਘੰਟੇ ਲਾ ਦਿਓ। ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਨੇ, ਜੇ ਕਹਾਣੀਆਂ ਪੜ੍ਹਦੇ ਨੇ ਫਿਰ ਵੱਖਰੀ ਗੱਲ ਹੈ, ਜਿਸ ਦੀ ਵੀਡੀਓ ਪ੍ਰਗਟ ਸਿੰਘ ਨੇ ਸਾਂਝੀ ਕੀਤੀ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ।